ਕੇ ਰਿਸ਼ਵਤ ਜਿਹੜਾ ਲੈਂਦਾ ਹੈ ਉਸ ਵੀ ਮਰਨਾ ਖਪਣਾ ਹੈ। ਅੱਛਾ ਹੁੰਦਾ ਕੀ ਇਹਨਾਂ ਬੰਦਿਆਂ ਨਾਲ ਜਿਹੜੇ ਹਰਾਮ ਖਾਂਦੇ ਨੇ, ਹੁੰਦਾ ਕੀ ਹੈ? ਬਾਦ ਬੰਦਿਆਂ ਤਾਂ ਨਜ਼ਰ ਆਉਂਦਾ ਇਤਨੇ ਰਿਸ਼ਵਤ ਲੈ ਰਿਹਾ, ਫਲਾਣਾ ਕੰਮ ਕਰ ਰਿਹਾ, ਇਤਨੇ ਰਕਬੇ ਬਣਾਏ ਜਾ ਰਿਹਾ ਤੇ ਕੋਠੀਆਂ ਬਣਾ, ਹੁੰਦਾ ਕੀ? ਮੁਸੀਬਤਾਂ ਜਾਨ ਨਹੀਂ ਛੋੜਦੀਆਂ, ਰਾਤ ਨੂੰ ਨੀਂਦਰ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ, ਇੰਜੇ ਗੱਲ ਹੈ ਜੀ। ਔਰ ਮੈਂ ਅਗਲੇ ਦਿਨ ਕੋਟ ਮੋਮਿਨ ਬੈਠਾ ਹਾਂ ਤੋ ਮੈਂ ਇਹ ਗੱਲ ਜ਼ਰੂਰ ਕਰਨਾ ਚਾਹੁੰਦਾ। ਕੋਟ ਮੋਮਿਨ ਬੈਠਾ ਨਮਾਜ਼ ਹੋ ਰਹਿਣ ਦਿਨ ਪੜਦਾ ਪਿਆ ਜਹਾਂਗੀਰ ਦੇ ਡੇਰੇ ਤੇ ਗੋਂਦਲ ਦੇ ਤੇ, ਫਾਤੀ ਉਹਨਾਂ ਦੀ ਫੁੱਫੋ ਮਰਹੂਮਾ ਦਾ, ਤੋ ਬਾਹਰ ਚਾਰ ਪਾਈਆਂ ਤੇ ਗੁਬੁੜੇ ਬੈਠੇ ਹਨ, ਬੜੀ ਸੋਹਣੀਆਂ ਗੱਲਾਂ ਕਰਦੇ ਨੇ, ਬੈਠੇ ਕਰੋ ਇਹਨਾਂ ਦੇ ਕੋਲ। ਉਹ ਗੱਲ ਰਿਜ਼ਕ ਤੇ ਹੋ ਪਈ ਬਈ ਫਲਾਣਾ ਬੜਾ ਪਿਆ ਕਮਾਇੰਦਾ ਹੈ ਤੇ ਪਰ ਲੱਗਦਾ ਹੈ ਇਸ ਜਾ ਤੇ ਪਿਆ। ਉਹ ਇੱਕ ਬਾਬੇ ਸਾਦੀ ਕਰ ਦਿੱਤੀ, ਮੈਂ ਮੁਸੱਲੇ ਤੇ ਦੁਆ ਕੀਤੀ ਉਹਦੇ ਵਾਸਤੇ, ਉਹਨਾਂ ਫਰਮਾਇਆ ਜਿਵੇਂ ਦਾ ਆਇਆ ਹੋਵੇ ਨਾ ਉਵੇਂ ਦੀ ਜਾ ਬਣਾਇੰਦਾ ਹੈ ਅੱਗੋਂ ਆਪਣੇ।